द वे फॉरवर्ड इज थोड़ा बहुत बहुत स्वागत है। मैं थोड़ा होस्ट हरजोत सिंह। पिछले हफ्ते असी सरदार रविंदर सिंह तनेजा जी नाल गल कर रहे सीगे और असी उना तो जानना चाहिया सीगा कि गुरु नानक दा सिख मत दा पॉलिटिक्स नूं लैके की मत हैगा, ਉਹ ਕਿਵੇਂ ਪੋਲੀਟਿਕਸ ਨੂੰ ਵੇਖਦੇ ਹਨ, ਕੀ ਉਹਨਾਂ ਦੀ ਉਸਦੇ ਬਾਰੇ ਟੀਚਿੰਗਸ ਹੈਗੀਆਂ, ਕੀ ਅੰਡਰਸਟੈਂਡਿੰਗ ਹੈਗੀ ਹੈ। ਰਵਿੰਦਰ ਜੀ ਨੇ ਸਾਨੂੰ ਕਿਹਾ ਕਿ ਗੁਰੂ ਨਾਨਕ ਦੀ ਪੋਲੀਟਿਕਸ ਨੂੰ ਸਮਝਣ ਤੋਂ ਪਹਿਲਾਂ ਗੁਰੂ ਨਾਨਕ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਔਰ ਉਸ ਲਈ ਜੋ ਸਾਡੀ ਟ੍ਰੈਡੀਸ਼ਨਲ ਅੰਡਰਸਟੈਂਡਿੰਗ ਹੈ ਉਸਨੂੰ ਰੀਵਿਜ਼ਿਟ ਕਰਨਾ ਪਵੇਗਾ, ਉਸਨੂੰ ਇੱਕ ਨਵੀਂ ਨਜ਼ਰ ਨਾਲ ਦੇਖਣਾ ਪਵੇਗਾ। ਅੱਜ ਅਸੀਂ ਰਵਿੰਦਰ ਸਿੰਘ ਜੀ ਨੂੰ ਦੁਬਾਰਾ ਆਮੰਤ੍ਰਿਤ ਕੀਤਾ ਹੈ ਔਰ ਰਵਿੰਦਰ ਜੀ ਅੱਜ ਸਾਨੂੰ ਦੱਸਣਗੇ ਕਿ ਉਹ ਗੁਰੂ ਨਾਨਕ ਨੂੰ ਕਿਵੇਂ ਵੇਖਦੇ ਨੇ। ਰਵਿੰਦਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ। ਅਸੀਂ ਵਿਊਜ਼ ਨੂੰ ਦੱਸ ਦਈਏ, ਰਵਿੰਦਰ ਜੀ ਸਿੱਖੀ ਦੇ ਇੱਕ ਸਕੋਲਰ ਹਨ, ਯੂ ਐੱਸ ਪੋਲੀਟੀਕਲ ਹਿਸਟਰੀ ਦੇ ਵੀ ਇੱਕ ਸਟੂਡੈਂਟ ਹਨ, ਬਟ ਸਿੱਖੀ ਦੇ ਵਿੱਚ ਇਹਨਾਂ ਦੀ ਕਾਫੀ ਜਿਹੜੀ ਲਿਟਰੇਰੀ ਕੰਮ ਹੈ ਉਸਦੀ ਉਸ ਵੱਲ ਇਹਨਾਂ ਦੀ ਕਾਫੀ ਕੰਟਰੀਬਿਊਸ਼ਨ ਹੈ। ਹਾਰਵਰਡ ਯੂਨੀਵਰਸਿਟੀ ਵਿੱਚ ਜਿਹੜਾ ਸਿੱਖੀ ਦੇ ਉੱਪਰ ਕੋਰਸ ਚੱਲਦਾ ਹੈ ਉਸਦੇ ਕੰਟੈਂਟ ਫਾਰਮੇਸ਼ਨ ਵਿੱਚ ਇਹਨਾਂ ਦਾ ਬੜਾ ਵੱਡਾ ਰੋਲ ਹੈ। ਉਸਦੇ ਇਲਾਵਾ ਔਨਲਾਈਨ ਇਹ ਕਾਫੀ ਸਿੱਖੀ ਦੇ ਉੱਪਰ ਕੋਰਸਿਸ ਔਰ ਦੂਸਰੇ ਪਲੈਟਫਾਰਮ ਰਨ ਕਰਦੇ ਹਨ, ਜਿਵੇਂ ਖੋਜ ਗੁਰਬਾਣੀ। ਅਸੀਂ ਕੁਛ ਹਫ਼ਤੇ ਪਹਿਲਾਂ ਇਹਨਾਂ ਨਾਲ ਗੱਲ ਕੀਤੀ ਸੀ। ਖੋਜ ਗੁਰਬਾਣੀ ਇੱਕ ਐਸਾ ਪਲੈਟਫਾਰਮ ਹੈ ਜਿਸ 'ਤੇ ਹਰ ਰੋਜ਼ ਦਾ ਇੱਕ ਸ਼ਬਦ ਉਸਦੀ ਵਿਆਖਿਆ ਕਰਦੇ ਹਨ, ਉਸਨੂੰ ਟ੍ਰਾਂਸਲੇਟ ਕਰਦੇ ਹਨ। ਰਵਿੰਦਰ ਜੀ, ਤੁਸੀਂ ਕੁਇਕਲੀ ਸਾਨੂੰ ਦੱਸੋ ਕਿ ਇਹ ਖੋਜ ਗੁਰਬਾਣੀ ਵਿੱਚ ਕਿੱਦਾਂ ਦਾ ਤੁਹਾਨੂੰ ਰਿਸਪੋਂਸ ਮਿਲ ਰਿਹਾ ਔਰ ਕੀ ਉਸਦੇ 'ਚ ਐਕਟੀਵਿਟੀ ਚੱਲ ਰਹੀ ਹੈ ਇਸ ਲਈ? ਹਾਂਜੀ, ਸ਼ੋਰ, ਥੈਂਕ ਯੂ। ਖੋਜ ਗੁਰਬਾਣੀ ਨੂੰ ਹੁਣ ਲਾਂਚ ਕੀਤਿਆਂ ਸਾਨੂੰ ਤਕਰੀਬਨ 3 ਮਹੀਨੇ ਪਏ ਹੁੰਦੇ ਨੇ ਤੇ ਸਾਡਾ ਏਮ ਸੀ ਕਿ ਹਰ ਰੋਜ਼ ਅਸੀਂ ਇੱਕ ਸ਼ਬਦ ਅਸ਼ਬਦ ਡੇ ਪ੍ਰੋਗਰਾਮ ਦਾ ਨਾਂ ਰੱਖਿਆ। ਸੋ ਅੱਜ ਅਸੀਂ ਹੈਗੇ ਹਾਂ ਔਨ ਦੀ 81st ਸ਼ਬਦ, ਸ੍ਰੀ ਰਾਗ ਮਹਿਲਾ ਪਹਿਲਾ ਕਰਤੇ ਅਮਲ ਕਰ ਧਰਤੀ। ਅਸੀਂ 81 ਸ਼ਬਦ ਕਰ ਚੁੱਕੇ ਹਾਂ, ਸਾਨੂੰ ਰਿਸਪੋਂਸ ਬਹੁਤ ਅੱਛਾ ਮਿਲ ਰਿਹਾ। ਵੀ ਹੈਵ ਅ ਗਰੁੱਪ ਜਿਹੜਾ ਅਸੀਂ ਕ੍ਰੀਏਟ ਕੀਤਾ ਸੀ ਮਹੀਨੇ 2 ਪਹਿਲਾਂ, ਉਹਦੇ ਆਲਰੇਡੀ 2,500 ਮੈਂਬਰ ਬਣ ਗਏ ਨੇ। ਜੀ, ਸੋ ਵੀ ਹੈਵ ਐਨ ਆਡੀਅੰਸ ਆਫ 2,500 ਪੀਪਲ ਐਟ ਲੀਸਟ। ਹੋਪਫੁਲੀ ਉਹਨਾਂ ਦੇ ਵਿੱਚੋਂ ਕੋਈ ਛੋਟਾ ਜਿਹਾ ਹਿੱਸਾ ਵੀ ਪੜ੍ਹੇ ਤੇ ਸਾਡੇ ਵਾਸਤੇ ਬਹੁਤ। ਜੀ 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 ਜੀ, ਨਹੀਂ, ਇਹ ਤੁਹਾਡਾ ਇੱਕ ਬੜਾ ਵੱਡਾ ਐਫਰਟ ਹੈ, ਬੜਾ ਇੰਪੋਰਟੈਂਟ ਐਫਰਟ ਹੈ। ਰਵਿੰਦਰ ਜੀ, ਅਸੀਂ ਅੱਜ ਗੁਰੂ ਨਾਨਕ ਦੀ ਗੱਲ ਕਰੀਏ ਔਰ ਤੁਸੀਂ ਸਾਨੂੰ ਪਿਛਲੀ ਵਾਰ ਇਹ ਕਿਹਾ ਕਿ ਸਾਨੂੰ ਗੁਰੂ ਨਾਨਕ ਨੂੰ ਦੁਬਾਰਾ ਰੀਵਿਜ਼ਿਟ ਕਰਨਾ ਪਵੇਗਾ, ਜਿਹੜੀ ਅਸੀਂ ਟ੍ਰੈਡੀਸ਼ਨਲੀ ਜਿਸ ਤਰੀਕੇ ਨਾਲ ਉਹਨਾਂ ਨੂੰ ਸਮਝਦੇ ਹਾਂ, ਜਿਹੜਾ ਤੁਹਾਡਾ ਕਹਿਣਾ ਹੈ ਕਿ ਯੂਨੋ ਆਰ ਅੰਡਰਸਟੈਂਡਿੰਗ ਇਜ਼ ਇਨਫਲੂਐਂਸਡ ਔਰ ਵੈਦਰ ਯੂਨੋ ਇਟਸ ਅ ਕਲੋਨੀਅਲ ਇਨਫਲੂਐਂਸ ਔਰ ਸਮਥਿੰਗ ਐਲਸ, ਅੱਜ ਤੁਸੀਂ ਸਾਨੂੰ ਵਿਸਤਾਰ ਵਿੱਚ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਜੀ, ਥੈਂਕ ਯੂ ਫੋਰ ਦੀ ਓਪਰਚੁਨਿਟੀ। ਜੀ, ਸਭ ਤੋਂ ਪਹਿਲਾਂ ਤਾਂ ਮੈਂ ਸਪਸ਼ਟ ਕਰ ਦਿਆਂ ਕਿ ਆਈ ਐਮ ਨੋਟ ਅ ਸਕਾਲਰ ਆਫ ਸਿੱਖੀ, ਬਟ ਆਈ ਐਮ ਸਰਟਨਲੀ ਅ ਸਟੂਡੈਂਟ of Sikhi and a practicing Sikh, trying to be a practicing Sikh, I guess. Ji. Tenu dilchaspi hai bani de naal aur Guru Nanak de naal, te har Sikh di tarah mainu dilchaspi hai. Main gal eh kiti si last time ke assi actually eh lazmi hai sade layi ke assi every generation jehdi hai ਉਹ ਗੁਰੂ ਨਾਨਕ ਨੂੰ ਰੀਵਿਜ਼ਿਟ ਕਰੇ। ਜੇ ਅਸੀਂ ਨਹੀਂ ਕਰਾਂਗੇ ਤੇ ਜਿਹੜਾ ਨਾ ਗਰਦ ਹੁੰਦੀ ਹੈ ਸਮੇਂ ਦੀ, the grime of time, ਉਹ ਚੜ ਜਾਂਦੀ ਹੈ ਐਂਡ ਸਾਡੀ ਇੱਕ ਆਦਤ ਜੀ ਬਣ ਜਾਂਦੀ ਹੈ, ਵੀ ਡੂ ਨਾਟ ਐਕਸਪਲੋਰ ਦਿਸ। ਸੋ ਦਿਸ ਟੀਚਿੰਗ ਹੈਜ਼ ਟੂ ਬੀ ਲੁਕਡ ਐਟ ਬਾਈ ਐਵਰੀ ਜਨਰੇਸ਼ਨ। ਸੋ ਮੈਂ ਹੁਣ 21st ਸੈਂਚਰੀ ਦੇ ਵਿੱਚ ਅਮੈਰੀਕਾ ਦੇ ਵਿੱਚ ਵੈਸਟ ਦੇ ਵਿੱਚ ਬੈਠਾ ਹੋਇਆ ਜੀ। ਸੋ ਮੇਰਾ ਮਾਸ਼ਰਾ ਜਿਹੜਾ ਹੈ ਉਹ ਵੈਸਟ ਦਾ, ਮੈਨੂੰ ਇੱਥੇ ਰਹਿੰਦਿਆਂ ਕਾਫੀ ਅਰਸਾ ਹੋ ਗਿਆ। ਸੋ ਓਬਵੀਅਸਲੀ ਮੈਨੂੰ ਲੋਕੀ ਪੁੱਛਦੇ ਵੀ ਨੇ ਗੁਰੂ ਨਾਨਕ ਬਾਰੇ, ਮੇਰੇ ਰਿਲੀਜਨ ਬਾਰੇ, ਪੱਗ ਨੂੰ ਵੇਖ ਕੇ ਇਹ ਤੁਸੀਂ ਵੀ ਐਕਸਪੀਰੀਅੰਸ ਕਰਦੇ ਹੋ ਜੀ। ਸੋ ਇਸ ਕਰਕੇ ਸਾਡੇ ਵਰਗੇ ਲੋਕਾਂ ਨੂੰ ਥੋੜੀ ਜਿਹੀ ਦਿਲਚਸਪੀ ਜ਼ਿਆਦਾ ਹੁੰਦੀ ਹੈ ਤੇ ਮੈਨੂੰ ਵੀ ਇਸ ਤਰ੍ਹਾਂ ਹੀ ਦਿਲਚਸਪੀ ਪਈ ਟੂ ਅੰਡਰਸਟੈਂਡ ਗੁਰੂ ਨਾਨਕ ਬੈਟਰ ਜੀ। ਪਹਿਲਾਂ ਤਾਂ ਨਾ ਸੁਣੀ ਸੁਣਾਈ ਗੱਲ ਛੋਟੀਆਂ ਹੁੰਦੀਆਂ, ਜੋ ਗੁਰਦੁਆਰੇ ਸੁਣ ਲਿਆ, ਫਿਰ ਥੋੜੇ ਵੱਡੇ ਹੋਏ ਥੋੜੀ ਕਥਾ ਸੁਣ ਲਈ, ਪ੍ਰਚਾਰਕਾਂ ਦੀ ਸੁਣ ਲਈ, ਦੈਨ ਯੂ ਰੀਚ ਅ ਪੁਆਇੰਟ ਵੇਅਰ ਯੂ ਫੀਲ ਕਿ ਆਈ ਨੀਡ ਟੂ ਇੰਗੇਜ ਵਿਦ ਗੁਰਬਾਣੀ ਮਾਈਸੈਲਫ। Because, and that is how I felt. Main ke, I've got to figure this out. Main aap ja ke engage karna chahna. Ji. Wo karan de vich mainu
जो एक्सपीरियंस होया वो मैं तुहाडे नाल शेयर करन वास्ते थे हैगा एंड आई एम वेरी हैप्पी टू डू दैट सो व्हाट आई एम रियलाइजिंग लाइक अ लॉट ऑफ अदर पीपल इन माय सिचुएशन हु आर एंगेज्ड विद बानी एंड रीड एंड ट्राई एंड अंडरस्टैंड इट प्रॉब्लम ये हैगी है कि सिखां दी कुछ बुनियादी लिमिटेशंस हैगियां ने एक ते हैगी असी साडी जिहड़ी है ना वी आर अ ग्लोबल कम्युनिटी बट वी आर अ माइनॉरिटी एवरीवेयर सो जिहड़ा लार्जर कल्चर है ओहदा साडे उत्ते जो है प्रभाव हमेशा रहिंदा है बिकॉज़ वी आर वेरी स्मॉल एंड सो वी हैव टू डील विद दैट वी अंडरस्टैंड दैट दूसरी ये है कि वी आर आल्सो एक्सपीरियंस्ड ब्रिटिश कॉलोनियलिज्म ओहदा बहुत जबरदस्त प्रभाव है साडे सारियां ते यू एंड आई हैव टॉक्ड अबाउट दिस ऑफन कि भी साडी जिहड़ी माइंडसेट है ए बेसिकली इज कमिंग फ्रॉम द वेस्ट सारा जिहड़ा स्ट्रक्चर्स ने साडे मेंटल स्ट्रक्चर्स ने ते जिस तरह सिखी नू देखा जांदा है थ्रू द वेस्टर्न सॉर्ट ऑफ फ्रेमवर्क जी तीजी गल ये है कि साडे ते इंडिया दे विच वड्डा प्रभाव द लार्जर हिंदू एनवायरनमेंट दा भी हैगा वी कांट डिनाई दैट वी लिव विद इन अ लार्ज सी ऑफ इंडियन थॉट जी जी सो जिहड़ियां चीजां ने ए दो या तीन पासे तों सिखी दे उत्ते प्रभाव पांदियां ते रविंदर जी ओके डिफरेंसेस हैं जिहड़ा तुसीं कहोगे कि द वे इट इज प्रोजेक्टेड एंड द वे यू अंडरस्टैंड हाउ इज इट डिफरेंट श्योर सो इफ वी लुक एट द इंग्लिश राइटिंग्स ऑन सिखी जी पिछले 40-50 सालां दे विच मैं तुहानूं दसदा कि देयर हैज बीन वन नेम दैट हैज बीन डोमिनेंट इन सिख स्कॉलरशिप जिने मोर ऑर लेस इज सेट द सॉर्ट ऑफ यू नो द बेंचमार्क इफ यू विल And surprisingly, this is a gentleman from New Zealand, Hugh MacLeod. And unna de agon, it's almost a school of thought. Ye log jehden, eh kehnde ne ki Guru Nanak Sant tradition ton aaya. Aur most likely Kabir da Guru Nanak chele san. So you have that kind of stuff coming. Tusi je tu piche chale jao, te tuhanu H.H. Wilson varge orientalists mil jaange. Ernest Trump, German translator hoya ek, utthon eh sari kahani shuru hundi hai. He came to translate Gurbani, gave it up. Essentially, they're saying one of two things. That Guru Nanak is either from the Sant tradition, the Bhakti tradition, or he's a synthesizer of ideas. He's either refining, he's either reinterpreting, he's either putting stuff together, but they are not giving him the credit of being original. So, ye hai western side to issue sadi. Within our jehdi sadi apniyan sampradayaan ne within sikhi jehdiyan india de vich jo sadi thinking hai oh main samajhda haga eh hun mind you this is me talking jo main pakad paya ma ohde vich hoya ki hai ki guru nanak ne ik टोटल रेवोल्यूशन लिया समझ की यह गल हैगी टोटल रेवोल्यूशन मेरा मुराद यह है कि ही इज वर्किंग विद इन ए पर्टिकुलर कल्चरल फ्रेमवर्क राइट वैन गुरु नानक जी आते हैं उन्होंने आले दुआले एक फ्रेमवर्क हैगा ऑलरेडी बड़ा एस्टैबलिश्ड फ्रेमवर्क हैगा उन्हें बदलन वास्ते उन्होंने की किया जिन्हों असीं कहने ट्रांसवैल्यूएशन So he's taken all of those concepts and ideas which were prevalent aur unna ne redefine kita ji bani de andar so you know assi kehne ha aksar ki dekho ji bani vich te ram aanda hai krishna aanda hai te eh te matlab hai so hindu kehne ne ji eh te hindu mati hai you know this is vishnu di matlab eh hai ki puja ya whatever you want to call it hari di In my view, jo mainu thodi bahut samajh aa rahi hai, what has happened on the home front is that saadi jehdi hai na, we have drifted back to the old way of looking things. Because the words are the same, the concepts, they're na ikho jehan. And then we have had jehdiyan sampradaavan ne, oh unna nu us tarah translate karan lag paiyan. Jehda saada Faridkoti tika hai. It's a purely sort of Vedantic way of looking at Gurbani. Ji. So we have these ek weston ek andron dusra sada apna lack of engagement we are just not engaged natija ye hai
you have to ask yourself, what kind of Sikhi are you practicing? And you will find that most of us are practicing Sikhi that is no different from the very traditions that Guru Nanak broke away with. So, tusi aapne aap nu puchoge, existing traditions, fear-based, transactional, kind of very concerned with the afterlife rather than this life, a very pessimistic sort of view of the world. Yeah, this is how Hindu thought was when Guru Nanak came around. Mm-hmm. Dunya is an illusion. Now, that could be because political domination we see. So, you know, jadi dominated log hunde ne oh zara internal looking ho jande ne. But the point is, ki agar tusi dekho, te, that is what, and bar de jadi external rituals. Ravinder ji, kin specific gala nu laike tusi oh differences dekhde ho, which you say that we are overlooking and looking in the past. Assi is bare gal karange ek choti ji break de baad. Tusi vekhde roh the way forward. द वे फॉरवर्ड इज थोड़ा फिर तो स्वागत है मैं थोड़ा होस्ट हरजोत सिंह रविंदर जी ब्रेक ते जान तो पहला तुसी सानू दस रहे सीगे कि किवें कुछ गल्लां जो असी आज दी डेट विच अंडरस्टैंड करदे आ दैट माइट नॉट बी द राइट रिप्रेजेंटेशन ऑफ व्हाट गुरु नानक एक्चुअली सेड और टॉट असी उस नू किसी लाइट विच वेखदे आ विच इज इन्फ्लुएंस्ड बाय यू नो एक्सटर्नल रीजनस एक्सटर्नल और इंटरनल तुसी सानू दसोगे व्हाट इज इट दैट गुरु नानक एक्चुअली सेड हां जी आई मीन बिफोर आई गो देयर राइट मैं कहूंगा कि तुसी अपने साडे जेडे साडियां संस्थावां ने गुरुद्वारे ने जी ਤੁਸੀਂ ਉਹ ਹੀ ਦੇਖ ਲਵੋ ਪ੍ਰੈਕਟਿਸਿਸ ਨੇ ਜਿਹੜੀਆਂ ਅਖੰਡ ਪਾਠ ਹੋਏ ਬਾਣੀ ਦਾ ਰਟਨ ਕਰਨਾ ਜਾਂ ਕਿਸੇ ਮੰਤਰ ਦਾ ਰਟਨਾ ਦਿਸ ਇਜ਼ ਐਟ ਲੀਸਟ ਟੂ ਮਾਈ ਅੰਡਰਸਟੈਂਡਿੰਗ ਹਾਲਾਂਕਿ ਆਈ ਵਿਲ ਅਸ਼ੋਰ ਯੂ ਕਿ ਵੀ ਮੈਂ ਪਾਠ ਕਰਦਾ ਵੀ ਹਾਂ ਔਰ ਕਰਦਾ ਬਿਕੋਜ਼ ਕਰਦਾ ਆ ਰਿਹਾ ਜੀ ਬਟ ਆਈ ਐਮ ਬਿਗਨਿੰਗ ਟੂ ਅੰਡਰਸਟੈਂਡ ਦਿਸ ਇਜ਼ ਦ ਜਰਨੀ ਆਫ ਅ ਸਿੱਖ ਐਂਡ ਆਈ ਐਮ ਕਮਿੰਗ ਟੂ ਵਾਟ ਗੁਰੂ ਨਾਨਕ ਇਜ਼ ਆਸਕਿੰਗ ਅਸ ਟੂ ਡੂ ਬਟ ਆਈ ਕਮ ਟੂ ਰੀਅਲਾਈਜ਼ ਦੈਟ ਹੀ ਇਜ਼ ਨਾਟ ਆਸਕਿੰਗ ਅਸ ਟੂ ਡੂ ਪਾਠ ਐਸ ਸੱਚ ਹੀ ਇਜ਼ ਆਸਕਿੰਗ ਅਸ ਟੂ ਡੂ ਵਿਚਾਰ ਜੀ Okay, so there is a difference. He's asking us to engage with Banis, to do vichar, not to sort of mindlessly repeat. Ek badi badi gal hai, but asi karde hain. Asi pilgrimages de vi jaane hain. Right? We have all of those practices. Asi jaake granthiyan kolo ardaas vi karwane hain. Ji, mera ek kaam ho jave ya mera wo kaam ho jaye. To my way of looking at Gurbani, that is really not what Guru Nanak is saying. What he's saying is, if you will allow me, we can come to that. Ji. Wo te unhone pehli pauri vich hi spasht kar ditta unhone. Right? The fundamental question of life, the purpose of life. Kev sachara hoye. How do you become truth oriented? Ji. Theek hai ji? ਉਸ ਤੋਂ ਪਹਿਲਾਂ ਉਹਨਾਂ ਨੇ ਤੁਹਾਨੂੰ ਜਿਹੜੀਆਂ ਪਹਿਲੀਆਂ ਪੰਕਤੀਆਂ ਨੇ ਕਿ ਸਚਾਰਾ ਹੋਣ ਤੋਂ ਉਹਨਾਂ ਨੇ ਇਨ ਨੋ ਅਨਸਰਟਨ ਟਰਮਸ ਜਿਹੜੀਆਂ ਬਾਹਰ ਦੀਆਂ ਐਗਜ਼ਿਸਟਿੰਗ ਪ੍ਰੈਕਟਿਸਿਸ ਨੇ ਉਹਨਾਂ ਨੂੰ ਰੱਦ ਕਰ ਦਿੱਤਾ ਜੇ ਸੋਚ ਨਾ ਹੋਵੇ ਰਾਈ ਜੇ ਸੋਚੀ ਲਕਵਾਰ ਚੁੱਪੇ ਚੁੱਪ ਨਾ ਹੋਵੇ ਜੇ ਲਾਈ ਰਹੇ ਲਿਫਤਾਰ ਭੁੱਖਿਆਂ ਭੁੱਖ ਨਾ ਉਤਰੀ ਜਬੰਨਾ ਪੁਰੀਆਂ ਪਾ ਸੋ ਆਲ ਆਫ ਦੀਜ਼ ਪ੍ਰੈਕਟਿਸਿਸ ਦੈਟ ਵਰ ਪ੍ਰੈਵਲੈਂਟ ਦੈਨ ਹੀ ਹੈਜ਼ ਸੋਰਟ ਆਫ ਇਨ ਵਨ ਸਵੀਪ ਸ਼ਬਦ ਸਾਈਡ Ji. What he's saying to you is, Kev sachyara hoye, how do I become truth-oriented? So Ji. The question is, what truth, whose truth, and how do I become oriented? That's really the question. Ji. So this is what Guru Nanak is asking of us, right? So the answer to that is, Hukam rajai chalana nanak likhya na. Ji. Now, just two lines, but it takes a while to even understand what he means because you have to really engage with his thought process. Hukam rajai chalana. Un sawal paida hoega, hukam ki hai? Ji. Right? Jidi raja maine, jidi pleasure which main turna hai, hukam rajai chalana. But he's saying, nanak likhya naal. So we can jump to my understanding of hukam. Ji. Hukam is essentially the creator. The creator is hukam. Hukam chala raha hai sab kuch. Ji. Theek hai? So, rajai jehda hai, wo de andar hukam hai. Wo hukam de through sari creation nu chala raha hai, hukam. So, think of hukam as the creator. Guru Nanak is saying to you, look,
align yourself, attune yourself to the creator who is Nal, meaning within you. Mm-hmm. The creator is within you. So therefore, a Sikhi jadi hai, to my way of looking at it, is a journey of self-discovery. Mm-hmm. And you're stepping into somewhat uncharted territory, which mm-hmm. terrifies a lot of people. Mm-hmm. Because, you know, self-sufficient hona, self-empowerment honi, dar lagda. To give up the crutches, ke bhi koi hai. So this is a journey of self-discovery. Mm-hmm. Creator tode andar baitha hai. ਉਹਦੀ ਵਿਆਖਿਆ ਉਹਨਾਂ ਨੇ ਮੂਲ ਮੰਤਰ ਵਿੱਚ ਕਰ ਦਿੱਤੀ ਹੈ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਜੀ ਅਸੀਂ ਆਮ ਤੌਰ ਤੇ ਕਹਿੰਦੇ ਹਾਂ ਕਿ ਯੂ ਨੋ ਦੇਰ ਇਜ਼ ਵਨ ਗੋਡ ਐਂਡ ਸੋ ਔਨ ਬਟ ਆਈ ਡੋਨਟ ਥਿੰਕ ਦੈਟ ਦੈਟ ਇਜ਼ ਵਾਟ ਗੁਰੂ ਨਾਨਕ ਰੀਲੀ ਮੈਂਟ ਹੀ ਇਜ਼ ਜਸਟ ਸੇਇੰਗ ਦੈਰ ਇਜ਼ ਅ ਫੋਰਸ ਆਊਟ ਥੇਅਰ ਜੀ ਵਿਦ ਇਨ ਯੂ ਐਜ਼ ਯੋਰ ਕ੍ਰੀਏਟਰ ਦ ਸੋਰਸ ਆਫ ਯੋਰ ਕ੍ਰੀਏਸ਼ਨ ਇਜ਼ ਵਿਦ ਇਨ ਯੂ ਐਂਡ ਇਟ ਹੈਜ਼ ਦੀਜ਼ ਕੁਆਲਿਟੀਜ਼ ਉਸ ਦੇ ਹੁਕਮ ਹੁਕਮ ਰਜਾਈ ਚੱਲਣਾ ਕਿ ਦੈਟ ਇਜ਼ ਦਾ ਰਾਈਟ ਵੇ ਆਫ ਲਿਵਿੰਗ ਸੋ ਹਾਊ ਡੂ ਵੀ ਅੰਡਰਸਟੈਂਡ ਦੈਟ ਉਹ ਹਾਊ ਡੂ ਵੀ ਨੋ ਵਾਟ ਇਜ਼ ਦੈਟ ਹੁਕਮ ਜਿਵੇਂ ਮੈਂ ਅਗਰ ਤੁਹਾਨੂੰ ਪੁੱਛਾਂ ਜੇ ਕਹਿੰਦਾ ਜੋਤਿਤ ਭਾਵੇ ਸੋਈ ਬਲੀਕਾਰ ਹਾਊ ਡੂ ਵੀ ਨੋ ਵਾਟ ਇਜ਼ ਇਟ ਦੈਟ ਹੀ ਲਾਈਕਸ ਹੂਐਵਰ ਵੀ ਐਡਰੈਸਿੰਗ ਵਿਲ ਕਮ ਟੂ ਦੈਟ ਰਾਈਟ ਵਿਲ ਕਮ ਟੂ ਦੈਟ ਇਨ ਅ ਸੈਕਿੰਡ ਬਿਕਾਜ਼ ਯੂ ਸੇ ਵੀ ਹੁਕਮ ਤੁਸੀਂ ਕਿਹਾ ਹੁਕਮ ਨੂੰ ਮੈਨੂੰ ਕਿਸ ਤਰ੍ਹਾਂ ਪਤਾ ਲੱਗੇ ਹੁਕਮ ਕੀ ਹੈ ਜੀ ਠੀਕ ਹੈ ਆਈ ਮੀਨ ਮੇਰੇ ਨਾਲ ਹੈ ਪਰ ਮੈਂ ਉਹਨੂੰ ਜਾਣਦਾ ਨਹੀਂ ਆਈ ਡੋਂਟ ਨੋ ਮੇਰੇ ਅੰਦਰ ਬੈਠਾ ਹੈ ਮੈਨੂੰ ਉਹ ਕਹਿ ਰਹੇ ਨੇ ਜੀ ਸੋ ਆਈ ਹੈਵ ਟੂ ਐਕਸੈਪਟ ਦੈਟ ਰਾਈਟ ਇਫ ਯੂ ਹੈਵ ਟੂ ਮੇਕ ਐਨੀ ਪ੍ਰੋਗਰੈਸ ਯੂ ਹੈਵ ਟੂ ਐਟ ਲੀਸਟ ਐਕਸੈਪਟ ਦ ਫਰਸਟ ਐਕਸੀਅਮ ਐਂਡ ਇਟਸ ਐਕਸੀਓਮੈਟਿਕ ਦੈਟ ਵੀ ਬਾਏ ਦੈਟ ਅਦਰਵਾਈਜ਼ ਯੂ ਡੋਂਟ ਹੈਵ ਦ ਜਰਨੀ ਐਟ ਲੀਸਟ ਨਾਟ ਗੁਰੂ ਨਾਨਕ ਜਰਨੀ ਯੂ ਆਰ ਨਾਟ ਔਨ ਗੁਰੂ ਨਾਨਕ ਸਪਿਰਿਚੁਅਲ ਪਾਥ ਦੈਨ ਸੋ ਹੀ ਇਜ਼ ਟੈਲਿੰਗ ਯੂ ਹੁਕਮ ਤੇਰੇ ਅੰਦਰ ਹੈ ਉਹਦੇ ਨਾਲ ਚੱਲ ਪਰ ਮੈਨੂੰ ਤੇ ਹੁਕਮ ਦਾ ਪਤਾ ਨਹੀਂ ਹੈ ਕੀ ਹੈ And then here's the paradox. Here's the paradox. Agli paudi jo keh rahe hain hukm keha na jaye. Hukme andar sab ko bahar hukm na koi par hukm keha na jaye. Now that adds to your paradox, right? Main chalna bhi hai hukm naal, hukm mainu pata bhi nahi hai, par hukm keha bhi nahi ja sakda. How on earth am I going to make this connection? That is the challenge of Sikhi, essentially, in a nutshell. How do I make contact with something that I don't know, but that cannot be described either? So, is karke, agar wo tuhade andar hai, logically, it follows ki tusi apne andar jana hai. You have to sort of turn inwards. There has to be an inversion. Gurbani says, there has to be an inversion. ਇਹ ਜਿਹੜੀ ਤੁਸੀਂ ਇਨਵਰਜਨ ਦੀ ਗੱਲ ਕਰ ਰਹੇ ਹੋ ਆਪਣੇ ਅੰਦਰ ਝਾਂਗਣ ਦੀ ਗੱਲ ਕਰ ਰਹੇ ਹੋ ਆਈ ਐਮ ਨੋਟ ਅੰਡਰਸਟੈਂਡਿੰਗ ਦੇਖੋ ਇੱਕ ਜਿਹੜੀ ਅਸੀਂ ਯੂ ਨੋ ਆਈ ਐਮ ਅ ਸਟੂਡੈਂਟ ਆਫ ਯੂ ਨੋ ਪੋਲੀਟਿਕਸ ਰਾਈਟ ਮੈਨੂੰ ਯੂ ਨੋ ਫਰੈਂਚ ਫਿਲੋਸਫਰ ਰੋਸਈਓ ਕਹਿੰਦਾ ਹੈ ਕਿ ਬਈ ਜਿਹੜੀ ਲਿਬਰਟੀ ਹੈ ਹਰ ਜਿਹੜਾ ਇਨਸਾਨ ਹੈ ਉਹ ਫਰੀ ਪੈਦਾ ਹੁੰਦਾ ਉਸਨੂੰ ਸਿਵਲ ਜਿਹੜੀ ਯੂ ਨੋ ਇੰਟੈਂਗਲਮੈਂਟਸ ਹਨ ਉਹ ਉਸਨੂੰ ਗੁਲਾਮ ਕਰਦੀਆਂ ਹਨ ਔਰ ਜਿਹੜੀ ਵੀ ਮਾੜੀ ਆਦਤਾਂ ਹੈਗੀਆਂ ਯੂ ਨੋ ਜਾਂ ਸਲੇਵ ਉਸਦੀ ਵੀਕਨੈਸਿਸ ਹੈਗੀਆਂ ਉਸਦਾ ਕੋਵਰਡਿਸ ਹੈਗਾ ਉਹ ਉਨ ਸਲੇਵ ਐਕਸਟਰਨਲ ਸੋਰਸਿਸ ਜਿਹੜੀ ਸੋਸਾਇਟੀ ਹੈ ਉਸਦੀ ਕਰਕੇ ਆਉਂਦੀਆਂ ਹਨ ਅਦਰਵਾਈਜ਼ ਜਦ ਆਦਮੀ ਪੈਦਾ ਹੁੰਦਾ ਹੀ ਇਜ਼ ਗੁੱਡ ਹੀ ਇਜ਼ ਕਾਇੰਡ ਹੀ ਇਜ਼ ਯੂ ਨੋ ਸਟਰੇਟ So, are you talking about taking away all those external entanglements, look within himself? Is it a secular thing you're talking about? Not really. Ji. I think maybe I'm just playing a little with words, but just to kind of, I guess, confuse you and myself in the process. But nahin, andar jaan da matlab sirf ye hai gai ki, eh jehdi tusi gal kiti hai na, that by nature, you're good. Ji. ਗੁਰੂ ਜੀ ਕਹਿ ਰਹੇ ਨੇ ਆਈ ਡੋਨਟ ਨੋ ਯੂ ਟੈਲ ਮੀ ਗੁਰੂ ਜੀ ਕੀ ਕਹਿੰਦੇ ਗੁਰੂ ਨਾਨਕ ਇਸ ਸੇਇੰਗ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਬਾਈ ਨੇਚਰ ਤੂੰ ਰੱਬ ਦੀ ਜੋਤ ਦਾ ਸਰੂਪ ਹੈ ਯੂ ਆਰ ਅ ਮੈਨੀਫੈਸਟੇਸ਼ਨ ਸੋ ਆਪਣੀ ਜਿਹੜੀ ਸੋ ਆਈ ਸੀ ਹੁਕਮ ਯੂ ਨੋ ਹਾਊ ਆਈ ਰੀਡ ਇਟ ਹੁਕਮ ਇਜ਼ ਅਨਬਾਉਂਡਡ ਅਨਕੰਡੀਸ਼ਨਡ ਪੋਟੈਂਸ਼ੀਅਲ ਇਨਸਾਈਡ ਆਫ ਅ ਪਰਸਨ Ji. That has to find expression. So in my years of trying to understand hukam, I'm trying to give you what I have understood it to be. Ji, 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 it, ji. Is,
your own potential. You're on a journey to express your potential, because Guru Nanak is saying, look, this is the divine, you know, divine potential in you, but your potential. Nale dusri gal, you are by nature good, as you're saying, jisna Rousseau ne kiya. Bahar di entanglements te tenu kharab kar dita hai. Oh, bahar di entanglement nu Guru Nanak ji ne haume kiya hai. Te maya kiya hai. These are external entanglements. So your ego, haume, gets in the way, and you have to learn how to shift that perception. It's really changing the way you look at the world. You don't have to run off anywhere. ਅਸੀਂ ਇਸ ਗੱਲ ਤੇ ਗੱਲ ਜਾਰੀ ਰੱਖਾਂਗੇ ਇੱਕ ਛੋਟੀ ਜੀ ਬ੍ਰੇਕ ਦੇ ਬਾਅਦ. ਤੁਸੀਂ ਵੇਖਦੇ ਰਹੋ ਦ ਵੇ ਫਾਰਵਰਡ. ਦ ਵੇ ਫਾਰਵਰਡ ਇਸ ਤੁਹਾਡਾ ਫਿਰ ਤੋਂ ਸਵਾਗਤ ਹੈ. ਮੈਂ ਤੁਹਾਡਾ ਹੋਸਟ ਹਰਜੋਤ ਸਿੰਘ. ਰਵਿੰਦਰ ਜੀ, ਅਸੀਂ ਸਾਡਾ ਜਿਹੜਾ ਯੂ ਨੋ ਮੁੱਢਲਾ ਪਰਪਜ਼ ਹੈ ਇੱਥੇ ਉਹ ਤੁਹਾਡੇ ਤੋਂ ਗੁਰੂ ਨਾਨਕ ਦੀ ਪੋਲੀਟਿਕਸ ਔਰ ਪੋਲੀਟੀਕਲ ਥਿਊਰੀ ਨੂੰ ਸਮਝਣ ਦਾ ਹੈ, ਔਰ ਉਸ ਵਾਸਤੇ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਗੁਰੂ ਨਾਨਕ ਕਿਸ ਨੂੰ ਵਰਚੂ ਮੰਨਦੇ ਨੇ, ਕਿਸ ਚੀਜ਼ ਨੂੰ ਉਹ ਕਹਿੰਦੇ ਕਿ ਇਜ਼ ਦਾ ਰਾਈਟ ਵੇ, ਇਜ਼ ਦਾ ਰਾਈਟ ਵੇ ਆਫ ਲਿਵਿੰਗ, ਕਿਉਂਕਿ ਜਿਹੜੀ ਤੁਹਾਡੀ ਪੋਲੀਟਿਕਸ ਹੋਏਗੀ, ਜਿਹੜੀ ਤੁਹਾਡੀ ਸੋਸਾਇਟੀ ਦੀ ਔਰਗਨਾਈਜੇਸ਼ਨ ਹੈ, ਉਹ ਉਸਦੇ ਉੱਪਰ ਡਿਪੈਂਡ ਕਰੇਗੀ. ਤੁਸੀਂ ਮੈਨੂੰ ਪਲੀਜ਼ ਕੁਇਕਲੀ ਦੱਸੋ ਬਿਫੋਰ ਵੀ ਗੋ ਟੂ ਦਾ ਥਿਕ ਆਫ ਇਟ, ਕਿ ਗੁਰੂ ਨਾਨਕ ਕੀ ਮੰਨਦੇ ਨੇ ਕਿ ਜਿਹੜੀ ਹਿਊਮਨ ਲਾਈਫ ਦੀ ਕ੍ਰੀਏਸ਼ਨ ਹੈ ਉਹ ਕਿਉਂ ਕੀਤੀ ਗਈ ਹੈ? ਦੇਖੋ, ਆਸਾ ਕੀ ਵਾਰ ਵਿੱਚ ਇੱਕ ਪੰਕਤੀਆਂ ਆਉਂਦੀਆਂ ਨੇ, ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਓ. ਕੁਦਰਤ ਸਾਚੀ ਹੈ, ਹਾਂਜੀ. ਸੋ ਉਸਨੇ ਆਪਣੇ ਇੱਕ ਡਿਲਾਈਟ ਵਾਸਤੇ ਜੀ ਇੱਕ ਉਹਨੇ ਖੇਡ ਰਚਿਆ. ਸੋ ਇਸ ਕਰਕੇ ਉਹਨੇ ਇਹ ਰਚ ਦਿੱਤੀ, ਕਿਉਂਕਿ ਉਹ ਇੱਕ ਅਥਾਹ ਸਾਗਰ ਹੈ ਪ੍ਰੇਮ ਦਾ, ਜੀ ਲਵ ਦਾ. ਤੇ ਜਦੋਂ ਤੁਸੀਂ ਲਵ ਹੁੰਦੇ ਹੋ ਤੇ ਤੁਹਾਡੇ ਅੰਦਰ ਕੁਦਰਤੀ ਫਿਤਰਤ ਹੁੰਦੀ ਹੈ ਦੇਣ ਦੀ, ਬਿਕਾਜ਼ ਲਵ ਵਾਂਟਸ ਟੂ ਗਿਵ. ਸੋ ਉਹ ਲਵ ਨਾਲ ਓਵਰਫਲੋ ਕਰ ਰਿਹਾ, ਉਸ ਕਰਕੇ ਉਹਨੇ ਆਪਣਾ ਜੋ ਪਿਆਰ ਵੰਡਣ ਵਾਸਤੇ ਉਹ ਉਸ ਉਸ ਪੰਕਤੀ ਵਿੱਚ ਆਉਂਦਾ ਹੈ ਕਿ ਉਹ ਟੁੱਟ ਕੇ ਦੇ ਰਿਹਾ, ਤੁਸ ਦੇਵੇ ਤੁਸ. ਸੋ ਉਹ ਆਊਟ ਆਫ ਲਵ ਉਹਨੇ ਇਹ ਬਣਾਈ. ਗੁਰੂ ਨਾਨਕ ਕਹਿੰਦੇ ਨੇ ਪ੍ਰੇਮ ਖੇਲਣ ਕਾ ਚਾਹੋਵੇ, ਪ੍ਰੇਮ ਦੀ ਖੇਡ. ਜੀ ਜੀ ਜੀ. ਰਵਿੰਦਰ ਜੀ, ਜਿਸ ਵੇਲੇ 60s ਵਿੱਚ 70s ਵਿੱਚ ਇੱਕ ਕਲਚਰਲ ਰੈਵੋਲਿਊਸ਼ਨ ਇੱਥੇ US ਵਿੱਚ ਚੱਲ ਰਿਹਾ ਸੀਗਾ, ਐਂਡ ਓਵਰ ਦਾ ਟਰਨ ਆਫ ਦਾ ਸੈਂਚਰੀ ਜਦ ਯੂ ਨੋ ਬੜੇ ਇਕਨੋਮਿਕ ਗੇਨਸ ਹੋਏ, ਅਤੇ ਇੱਕ ਬੜੀ ਰੈਜ਼ਿਸਟੈਂਸ ਸੀਗੀ ਰਿਲੀਜੀਅਸ ਯੂ ਨੋ ਕੁਛ ਕੁਆਰਟਰਸ ਤੋਂ, ਜੋ ਕਹਿੰਦੇ ਸੀਗੇ ਕਿ ਲਾਈਫ ਦਾ ਜਿਹੜਾ ਪਰਪਜ਼ ਹੈ ਉਹ ਹੈਪੀਨੈਸ ਨਹੀਂ ਹੈ, ਲਾਈਫ ਦਾ ਜਿਹੜਾ ਪਰਪਜ਼ ਹੈ ਉਹ ਉਸ ਰੱਬ ਨੂੰ, ਉਸਦੀ ਪੂਜਾ ਕਰਨੀ, ਯੂ ਨੋ ਕੰਮ, ਦੇਸ਼, ਪਲੇਜਰ ਵਾਸ ਸੀਨ ਐਜ਼ ਅ ਸਿਨ, ਰਾਈਟ? ਅਤੇ ਇਸ ਵਾਸਤੇ ਜਿਹੜਾ ਵਰਕ ਕਲਚਰ ਇਸ ਮੁਲਕ ਵਿੱਚ ਆਪਾਂ ਦੇਖਦੇ ਹਾਂ, ਵਿੱਚ ਯੂ ਨੋ ਮਾਈਟ ਬੀ ਮੋਰ ਦੈਨ ਮੈਨੀ ਅਦਰ ਸੋਸਾਇਟੀਜ਼ ਇਨ ਦਾ ਵਰਲਡ. ਇਸ ਚੀਜ਼ ਨੂੰ ਲੈ ਕੇ ਕਿ ਹਿਊਮਨ ਲਾਈਫ ਦਾ ਪਰਪਜ਼ ਕੀ ਹੈ, ਕਿਆ 84 ਲੱਖ ਜੂਨਾਂ ਤੋਂ ਆਪਣੀ ਮੁਕਤੀ, ਕਿਆ ਇੱਕ ਅੱਛਾ ਜੀਵਨ ਆਪਣੇ ਨਾਲ ਔਰ ਆਪਣੇ ਗੁਆਂਢੀ ਦੇ ਨਾਲ ਬਿਤਾਉਣਾ, ਕਿਆ ਇੱਕ ਸੰਪੂਰਨ ਖੁਸ਼ੀ ਦਾ ਜੀਵਨ ਬਿਤਾਉਣਾ, ਕੀ ਕੀ ਪਰਪਜ਼ ਦੇਖਦੇ ਨੇ ਗੁਰੂ ਨਾਨਕ ਹਿਊਮਨ ਲਾਈਫ ਦਾ? ਦੇਖੋ, ਤੁਸੀਂ 84 ਲੱਖ ਜੂਨਾਂ ਦੀ ਗੱਲ ਕੀਤੀ ਹੈ ਜੀ. ਸੋ ਇਹ ਦਿਸ ਇਜ਼ ਵਨ ਆਫ ਦੀ ਆਈਡੀਆਜ਼ ਦੈਟ ਇਜ਼ ਪਰਸਿਸਟਿੰਗ ਫਰੋਮ ਦੀ ਪਾਸਟ ਕਲਚਰਸ ਦੈਟ ਵੀ ਆਰ ਕਮਿੰਗ ਥਰੂ. ਜੀ. At this stage, I can't even tell you that it is what Guru Nanak intended. The concept, right? Mm-hmm. What he's saying to you is, as I told you a minute ago, express your potential. Mm-hmm. The way you're going to do it is apni haumenu, jadi narcissistic tendencies ne teriyan kaam, krodh, lobh, moh, ankar, e rasi koi ena nu palat le. Sabar santokh vich aa ja, one. Dusra, live in the service of others. That's a sick life. Nale, ਉਹ ਕਹਿੰਦੇ ਨੇ ਕਿ ਜਿਹੜੀ ਪੂਰੀ ਜੁਗਤੀ ਹੈ, ਪੂਰੀ ਮੈਥੋਡੋਲੋਜੀ ਹੈ ਲਾਈਫ ਨੂੰ ਜਿਉਣ ਦੀ, ਦੇਰ ਇਜ਼ ਅ ਪੰਕਤੀ ਦੈਟ ਨਾਨਕ ਸਤਿਗੁਰ ਭੇਟੀ ਹੈ ਪੂਰੀ ਹੋਵੇ ਜੁਗਤ. ਉਹ ਜੁਗਤੀ ਕੀ ਹੈ? ਹਸੰਦਿਆਂ, ਖਿਡਾਂਦਿਆਂ, ਪਹਿਨਾਂਦਿਆਂ, ਖਾਵੰਦਿਆਂ ਵਿੱਚੇ ਹੋਵੇ ਮੁਕਤ. ਸੋ ਕਿਧਰੇ ਕੁਝ ਛੱਡਣ ਦੀ ਲੋੜ ਨਹੀਂ ਹੈ, ਖਾਂਦਿਆਂ, ਪੀਂਦਿਆਂ, ਖੇਡਦਿਆਂ, ਪਰਿਵਾਰ ਦੇ ਵਿੱਚ ਮੁਕਤ ਹੋਣਾ ਹੈ. ਉਹ ਮੁਕਤੀ ਦਾ ਆਈਡੀਆ, ਨੋਟ ਪੁਰਾਣੀ ਮੁਕਤੀ. ਉਹਨੂੰ ਤੇ ਉਹ ਕਹਿੰਦੇ ਨੇ ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ. I don't care about that stuff. Mm-hmm. Okay? What I care about is service.
ਤੇ ਇਹ ਇਹ ਜਿਹੜੀ ਜਿਸੇ ਰਾਜ ਮੈਂ ਯੋਗ ਵੀ ਅਸੀਂ ਸਮਝਦੇ ਹਾਂ, ਔਰ ਇਹ ਜਿਹੜੀ ਮੁਕਤੀ ਹੈ ਹੱਸਦੇ ਖੇਡਦੇ ਪਰਿਵਾਰ ਵੀ ਜੀਂਦੇ, ਅਤੇ ਉਹ ਜਿਹੜੀ ਮੁਕਤੀ ਹੈ, ਮੁਕਤੀ ਕਿਸ ਚੀਜ਼ ਨੂੰ ਕਿਹਾ ਗਿਆ? ਇੱਕ ਖੁਸ਼ੀ ਦਾ ਪੀਸਫੁਲ ਕੰਟੈਂਟਡ ਲਾਈਫ ਜੀਣ ਨੂੰ ਮੁਕਤੀ ਕਿਹਾ ਗਿਆ? ਮੁਕਤੀ ਕਿਸ ਚੀਜ਼ ਨੂੰ ਕਿਹਾ ਗਿਆ? ਇਟ ਇਜ਼ ਬੀਇੰਗ ਇਨ ਅ ਸਟੇਟ ਵੇਅਰ ਤੁਹਾਡੀ ਜਿਹੜੀ ਹਲਚਲ ਹੈ ਨਾ ਅੰਦਰ ਦੀ, ਮਨ ਦੀ ਜੀ, ਕਿਉਂਕਿ ਦੇਖੋ ਸਾਡੇ ਸਾਰਿਆਂ ਦੇ ਅੰਦਰ ਹਲਚਲ ਮਚੀ ਹੋਈ ਹੈ ਇਸ ਵੇਲੇ ਜੀ, ਤੁਹਾਨੂੰ ਪਤਾ ਹੀ ਹੈ, ਬੈਠੇ ਰਹੋ ਤੁਸੀਂ, ਟ੍ਰੈਫਿਕ ਫਸ ਕੇ ਆਏ ਹੋ, ਰਾਈਟ? ਸੋ ਇਹ ਇਹ ਜਿਹੜੀਆਂ ਜਿਹੜੀ ਵੈਲੋਸਿਟੀ ਹੈ ਨਾ ਤੁਹਾਡੇ ਅੰਦਰ, ਟੂ ਰੀਚ ਅ ਸਟੇਜ ਆਫ ਬੈਲੈਂਸ, ਜਦੋਂ ਤੁਸੀਂ ਦੇਖੋ ਦ ਇਸ਼ੂ ਵਿਦ ਆਸ ਇਜ਼ ਇਨ ਵੈਰੀ ਸਿੰਪਲ ਟਰਮਸ ਦੈਟ ਯੋਰ ਮਾਈਂਡ ਇਜ਼ ਸਪਲਿਟ ਜੀ। ਉਹ ਕਹਿੰਦੇ ਨੇ ਜਦ ਤੱਕ ਤੁਹਾਡਾ ਮਨ ਸਪਲਿਟ ਰਹੇਗਾ ਤਦ ਤੱਕ ਤੁਸੀਂ ਇਹ ਖੁਸ਼ੀ ਹਾਸਲ ਨਹੀਂ ਕਰ ਸਕਦੇ। ਬਟ ਖੁਸ਼ੀ ਇਜ਼ ਨਾਟ ਦ ਖੁਸ਼ੀ ਦੈਟ ਯੂ ਨੋ ਵੀ ਆਰ ਯੂਸ ਟੂ ਥਿੰਕਿੰਗ ਅਬਾਊਟ। ਖੁਸ਼ੀ ਮੀਨਸ ਹਾਊ ਕਲੋਜ ਆਰ ਯੂ ਟੂ ਯੂਨਿਟੀ ਵਿਦ ਇਨ ਯੋਰ ਸੈਲਫ, ਯੋਰ ਮਾਈਂਡ। ਜੀ ਜੀ, ਜਦੋਂ ਤੁਸੀਂ ਉਸ ਸਟੇਜ ਤੇ ਪਹੁੰਚੋਗੇ, ਇਹ ਜਿਹੜੀਆਂ ਸਾਰੀਆਂ ਚੀਜ਼ਾਂ ਤੁਹਾਨੂੰ ਤੰਗ ਕਰ ਰਹੀਆਂ ਨੇ ਇਹ ਨਹੀਂ ਕਰਨਗੀਆਂ, then you will look at life differently. Ravinder ji, that's a good segue into our, you know, the discussion we are here for. ਔਰ ਮੈਂ ਤੁਹਾਨੂੰ ਹੁਣ ਇਹ ਪੁੱਛਣਾ ਚਾਹਾਂਗਾ, ਇਹ ਜਿਸ ਖੁਸ਼ੀ ਦੀ ਗੱਲ ਕਰ ਰਹੇ ਹੋ, ਜਿਸ ਕੰਟੈਂਟਮੈਂਟ ਦੀ ਗੱਲ ਕਰ ਰਹੇ ਹੋ, ਔਰ ਇਹ ਜਿਹੜੀ ਸਾਰੀ ਟੀਚਿੰਗ ਹੈ, ਅਗੇਨ ਯੂ ਨੋ ਬਿਫੋਰ ਵੀ ਗੈਟ ਦੇਅਰ, ਕਿਆ ਇਹ ਤੁਹਾਨੂੰ ਤਿਆਰ ਕਰ ਰਹੀ ਹੈ, ਇੱਕ ਬੈਟਰ ਇਨਸਾਨ ਬਣਾ ਰਹੀ ਹੈ, ਇੱਕ ਬੈਟਰ ਜੀਵਨ ਇਸ ਧਰਤੀ 'ਤੇ ਜੀਣ ਵਾਸਤੇ, ਔਰ ਤੁਹਾਡੇ ਬਾਕੀ ਜਿਹੜੇ ਯੂ ਨੋ ਸੁਸਾਇਟੀ ਦੇ ਬਾਕੀ ਮੈਂਬਰਸ ਹੈਗੇ, ਤੁਹਾਡੇ ਇਨਵਾਇਰਮੈਂਟ ਦੇ ਨਾਲ, ਜਾਨਵਰਾਂ ਦੇ ਨਾਲ, ਹਰ ਇੱਕ ਦੇ ਨਾਲ ਇੱਕ ਹਾਰਮਨੀ ਵਿੱਚ ਜੀਣ ਵਾਸਤੇ, ਕਿਉਂਕਿ ਕੁਛ ਰਿਲੀਜੀਅਸ ਟ੍ਰੈਡੀਸ਼ਨਸ ਦਾ ਉਹ ਕੋਨਸੈਪਟ ਹੈਗਾ, ਜਾਂ ਤੁਹਾਨੂੰ ਇਹ ਤਰੀਕਾ ਦੱਸ ਰਿਹਾ ਕਿ ਬਈ ਇਹ ਜਿਹੜਾ ਜੀਵਨ ਹੈ ਇਸਨੂੰ ਜ਼ਾਇਆ ਨਾ ਕਰਿਓ, ਇਹ ਤੁਹਾਨੂੰ ਮੌਕਾ ਮਿਲਿਆ ਹੈ ਆਪਣੇ ਆਪ ਨੂੰ ਉਸ ਯੂ ਨੋ ਸਾਈਕਲ ਵਿੱਚੋਂ ਫਰੀ ਕਰਨ ਵਾਸਤੇ, ਜਾਂ ਆਫਟਰ ਲਾਈਫ ਵਿੱਚ ਇਨਵੈਸਟ ਕਰਨ ਵਾਸਤੇ ਕਿ ਤੁਸੀਂ ਕੀ ਤੁਹਾਡਾ ਬਣੇ, ਤੁਸੀਂ ਇਹ ਦੱਸੋ ਵੋਟ ਇਜ਼ ਦ ਯੂ ਨੋ ਮੇਨ ਫੋਕਸ ਹੇਅਰ? ਬੜਾ ਸਿੰਪਲ ਹੈ ਜੀ, ਸ੍ਰੀ ਰਾਗ ਮਹਿਲਾ ਪਹਿਲਾ ਜੀ, ਕੋਟ ਵਨ ਲਾਈਨ ਜੀ, ਸੁਣ ਮਨ ਮਿੱਤਰ ਪਿਆਰਿਆ, ਸੁਣ ਮਨ ਮਿੱਤਰ ਪਿਆਰਿਆ, ਵੇਲਾ ਹੈ ਇਹ ਜੀ, ਦਿਸ ਇਜ਼ ਦ ਟਾਈਮ, ਫੋਰਗੇਟ ਅਬਾਊਟ ਅੱਗੇ ਕੀ ਹੈ ਤੇ ਪਿੱਛੇ ਕੀ ਹੈ, ਲਿਵ ਇਹ ਟਾਈਮ ਹੈ ਆਪਣੇ ਆਪ ਨੂੰ ਸਾਈਕਲ ਤੋਂ ਫ੍ਰੀ ਕਰਨ ਦਾ, ਜਾਂ ਇਹ ਟਾਈਮ ਹੈ ਜੀਣ ਦਾ? ਜੀਣ ਦਾ। ਸੁਣ ਮਨ ਮਿੱਤਰ ਪਿਆਰਿਆ, ਵੇਲਾ ਹੈ ਇਹ, ਬਿਕੋਜ਼ ਜਿਹੜਾ ਵੇਲਾ ਹੈ ਗੁਰਬਾਣੀ ਦੇ ਵਿੱਚ ਦੋ ਤਰ੍ਹਾਂ ਦਾ ਹੈ, ਇੱਕ ਤੇ ਸੀਕੁਐਂਸ਼ੀਅਲ ਟਾਈਮ ਚੱਲ ਰਿਹਾ ਹੈ ਜੀ, ਦੂਸਰਾ ਹੈਗਾ ਜਿਹੜਾ ਕਨਸੈਪਟ ਹੈ ਨਾ ਕਾਇਰੋਸ ਦਾ, ਗ੍ਰੀਸ ਗ੍ਰੀਕ ਕਾਇਰੋਸ, ਓਪਰਚੁਨਿਟੀ ਟਾਈਮ ਜੀ। ਸੋ ਇਟਸ ਬੋਥ, ਇੱਕ ਤੇ ਤੇਰਾ ਸਮਾਂ ਲੰਘ ਹੀ ਰਿਹਾ, ਦੂਸਰਾ ਮੌਕਾ ਹੈ, ਤੇਰਾ ਅਵਸਰ ਹੈ ਪੂਰੀ ਤਰ੍ਹਾਂ ਜੀਉਣ ਦਾ। ਸੋ ਇਸ ਵੇਲੇ ਨੂੰ ਖੁੰਝਾਣਾ ਜੀ, ਇਸ ਵੇਲੇ ਨੂੰ, ਲਿਵ ਇਨ ਦ ਪ੍ਰੈਜ਼ੈਂਟ ਜੀ ਜੀ, ਹੈਵ ਨੋ ਇਲੂਜ਼ਨਸ ਅਬਾਊਟ ਕੱਲ ਕੀ ਤੇ ਪਿੱਛੇ ਕੀ। ਇਨ ਫੈਕਟ ਗੁਰਬਾਣੀ ਟੈਲਸ ਯੂ ਸਟਾਪ ਲੁਕਿੰਗ ਬਿਹਾਈਂਡ, ਲੁੱਕ ਅਹੈਡ ਜੀ 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 ਜੀ। ਰਵਿੰਦਰ ਜੀ, ਇਸ ਸਾਰੀ ਅੰਡਰਸਟੈਂਡਿੰਗ ਵਿੱਚ ਜਿੱਥੇ ਕੰਟੈਂਟਮੈਂਟ ਇੰਡੀਵਿਜੁਅਲ ਦੀ ਹੈ, ਉੱਥੇ ਉਸਦਾ ਉਸਦੇ ਨੇਬਰ ਦੇ ਨਾਲ ਕੀ ਰਿਲੇਸ਼ਨ ਹੈ, ਇਹ ਇੱਕ ਬੜਾ ਇੰਪੋਰਟੈਂਟ ਐਸਪੈਕਟ ਹੈ। ਯੂ ਨੋ ਅਸੀਂ ਗੁਰੂ ਤੇਗ ਬਹਾਦਰ ਦੀ ਜਿਹੜੀ ਸ਼ਹਾਦਤ ਨੂੰ ਅਸੀਂ ਸਮਝਦੇ ਹਾਂ, ਅਸੀਂ ਇਹ ਸਮਝਦੇ ਹਾਂ ਉਹਨਾਂ ਨੂੰ ਕਿਹਾ ਗਿਆ ਕਿ ਬਈ ਕਿਆ ਤੂੰ ਹਿੰਦੂ ਹੈ, ਉਹਨੇ ਕਿਹਾ ਨਹੀਂ ਜੀ, ਕਿਆ ਤੂੰ ਚਾਹੁੰਦਾ ਕਿ ਇਹ ਸਾਰੇ ਸਿੱਖ ਬਣ ਜਾਣ, ਉਹਨੇ ਕਿਹਾ ਨਹੀਂ ਜੀ, ਕਹਿੰਦੇ ਤੂੰ ਇਹਨਾਂ ਦੇ ਲਈ ਆਪਣੀ ਜਾਨ ਕਿਉਂ ਦੇ ਰਿਹਾ? ਉਹ ਕਹਿੰਦੇ ਕਿ ਬਈ ਮੈਂ ਇਹਨਾਂ ਦਾ ਹੱਕ ਪ੍ਰੋਟੈਕਟ ਕਰ ਰਿਹਾ ਜਿਵੇਂ ਇਹ ਜੀਣਾ ਚਾਹੁੰਦ, ਰਾਈਟ? ਨਾਓ ਆਈ ਵਾਂਟ ਟੂ ਐਸਕ ਯੂ, ਇਜ਼ ਦਿਸ ਅ ਪੋਲੀਟੀਕਲ ਸਟੈਂਸ ਔਰ ਇਹ ਕੋਈ ਕੋਈ ਡਿਵਾਈਨ ਹੱਕ ਦੀ ਗੱਲ ਹੁੰਦੀ ਹੈ? ਨੋ ਨੋ, ਦਿਸ ਇਜ਼ ਐਬਸੋਲੂਟਲੀ ਅ ਪੋਲੀਟੀਕਲ ਸਟੇਟਮੈਂਟ ਜੀ, ਐਬਸੋਲੂਟਲੀ। ਗੁਰੂ ਨਾਨਕ ਮੇਡ ਦਿਸ ਪੋਲੀਟੀਕਲ ਸਟੇਟਮੈਂਟ after Babur's invasion, jadon unhone Babur bani likhi hai ode vich unhone single out kita hai ki bhi tu enni barbadi kiti hai, now is here's the interesting thing ji, he actually describes the habits of Muslimaniya and Hinduaniya, ki oh ki kardiyan ne ji, unna di jehdi practice hai. Guru ji does not condone that practice, by the way ji, he does not, but he is questioning ki oh kis tarah karan giyan ਉਹ ਕੰਮ, ਰਾਈਟ, ਕਿ ਤੂੰ ਬਰਬਾਦ ਕਰਤਾ ਨਾ। ਸੋ ਦ ਪੁਆਇੰਟ ਇਜ਼ ਹੀ ਸਪੀਕਿੰਗ ਅਪ ਫੋਰ ਦੇਅਰ ਰਾਈਟ ਟੂ ਲਿਵ ਦੇਅਰ ਲਾਈਫ ਸਟਾਈਲ। ਸੋ ਦਿਸ ਇਜ਼ ਕਮਿੰਗ ਫਰੋਮ ਗੁਰੂ ਨਾਨਕ, ਇਟਸ ਅ ਵੈਰੀ ਪੋਲੀਟੀਕਲ ਸਟੇਟਮੈਂਟ ਜੀ। ਤਾਂ ਗੁਰੂ ਨਾਨਕ ਦਾ ਕਹਿ ਰਿਹਾ ਉਹ ਜਿਹੜੀ ਉਹਨਾਂ ਦੀ ਉਹ ਪ੍ਰੈਕਟਿਸਿਸ ਹਨ,
अगर असी देखिए हिंदुइज्म दी भी कुछ प्रैक्टिसेस, कुछ सुपरस्टिशंस, कुछ आइडोलेट्री जिहड़ी उस नूं चैलेंज करदे सीगे, बट उन्होंने फिर उस नूं डिफेंड किया। ਤੁਸੀਂ ਕਹਿ ਰਹੇ ਹੋ ਕਿ ਗੁਰੂ ਨਾਨਕ ਤੋਂ ਉਹ ਸੋਰਸ ਆਉਂਦਾ ਜਿਸਦੇ 'ਚ ਉਹ ਬਾਬਰ ਨੂੰ ਕਹਿ ਰਹੇ ਨੇ ਕਿ ਆਲਦੋ ਇਨ ਪ੍ਰੈਕਟਿਸਿਸ ਨਾਲ ਗੁਰੂ ਨਾਨਕ ਇਤਫਾਕ ਨਹੀਂ ਰੱਖਦੇ, ਬਟ ਫਿਰ ਵੀ ਉਸ ਨੂੰ ਕਹਿ ਰਹੇ ਨੇ ਕਿ ਉਹਨਾਂ ਨੂੰ ਹੱਕ ਹੈ ਉਹ ਪ੍ਰੈਕਟਿਸਿਸ ਕਰਨ ਦਾ। ਯੈਸ ਯੈਸ ਠੀਕ ਹੈ ਜੀ। ਅਸੀਂ ਸਿੱਖੀ ਵਿੱਚ ਇੱਕ ਕਨਸੈਪਟ ਸਮਝਦੇ ਹਾਂ ਹਲੀਮੀ ਰਾਜ ਦਾ, ਤੁਸੀਂ ਸਾਨੂੰ ਦੱਸੋਗੇ ਕਿ ਇਹ ਹਲੀਮੀ ਰਾਜ ਕੀ ਚੀਜ਼ ਹੈ? ਦੈਟਸ ਅ ਸੋਸ਼ਲ ਆਈਡੀਅਲ ਜੀ, ਕਿ ਜਿਹੜਾ ਸੋਸ਼ਲ ਸਮਾਜ ਹੈ ਉਹ ਕਿਹੋ ਜਿਹਾ ਹੋਏਗਾ। ਇਹ ਬੇਸਿਕਲੀ ਸਿੱਖੀ ਦੇ ਵਿੱਚ ਜਿਹੜਾ ਯੂਨਿਟ ਹੈਗਾ ਉਹ ਹੈਗਾ ਗੁਰਮੁਖ ਜੀ, ਰੀਅਲਾਈਜ਼ਡ ਸੋਲ, ਉਹ ਯੂਨਿਟ ਹੈਗਾ। ਤੇ ਗੁਰਬਾਣੀ ਦੇ ਵਿੱਚ ਕਨਸੈਪਟ ਹੈਗਾ ਇੱਕ ਫੈਡਰਲਿਜ਼ਮ ਦਾ, ਸੰਗਤ ਦਾ, ਕਲੈਕਟਿਵ ਲੀਡਰਸ਼ਿਪ ਦਾ। ਉੱਥੇ ਇੰਡੀਵਿਜੁਅਲ ਲੀਡਰਸ਼ਿਪ ਦਾ ਆਈਡੀਆ ਨਹੀਂ ਹੈ ਜੀ। ਸੋ ਲੀਡਰਸ਼ਿਪ ਇਜ਼ ਕਲੈਕਟਿਵ, ਵਿਚ ਇਜ਼ ਵਾਈ ਯੂ ਹੈਵ ਪੰਜ ਪਿਆਰੇ, ਰਾਈਟ? I mean, the idea is that this is a leadership by collective, and that is why you have Sangat, because learning in Sikhi happens only in Sangati. Okay, you may be an individual and learn in solo, but it's like a mountain climber. You're always anchored to base camp. You never climb the mountain alone. Chadde kalle ho, par tuhada jehda oh utthe hai. So ਹਲੀਮੀ ਰਾਜ ਜਿਹੜੀ ਹੈ ਉਹ ਐਕਚੁਅਲੀ ਇੱਕ ਆਈਡੀਅਲ ਹੈਗਾ ਸੁਸਾਇਟੀ ਦਾ, ਜਿਹਦੇ ਵਿੱਚ ਇਹ ਨਾ ਸੰਤ ਰਵਿਦਾਸ ਦਾ ਇੱਕ ਹੈਗਾ ਸ਼ਬਦ ਬਾਣੀ ਦੇ ਵਿੱਚ ਜੀ, ਬੇਗਮਪੁਰਾ ਸ਼ਹਿਰ ਕੋ ਨਾਉ, ਉਹਦੇ ਵਿੱਚ ਥੋੜੀ ਜਿਹੀ ਡਿਸਕ੍ਰਿਪਸ਼ਨ ਦਿੱਤੀ ਹੋਈ ਹੈ ਕਿ ਉੱਥੇ ਸਿਕਿਉਰਿਟੀ ਹੋਵੇ, ਟੈਕਸਿਸ ਜਿਹੜੇ ਨੇ ਫੇਅਰ ਹੋਣ, ਮੈਨੂੰ ਕੋਈ ਛੇੜੇ ਨਾ, ਮਤਲਬ ਇਹ ਮੈਨੂੰ ਕੋਈ ਥ੍ਰੈਟ ਨਾ ਕਰੇ। ਇਸ ਤਰ੍ਹਾਂ ਦੇ ਆਈਡੀਅਲਸ ਜਿਹੜੇ ਨੇ ਉਹ ਉੱਥੇ ਪਾਏ ਹੋਏ ਨੇ। ਗੁਰੂ ਅਰਜਨ ਦੇਵ ਜੀ ਨੇ ਵੀ ਕੁਛ, ਹਲੀਮੀ ਰਾਜ ਉਹ ਹੈ ਜਿੱਥੇ ਕੋਈ ਕਿਸੇ ਨੂੰ ਸਤਾ ਨਹੀਂ ਰਿਹਾ ਜੀ। ਦ ਥਿੰਗ ਗੁਰੂ ਨਾਨਕ ਵਾਸ ਵੈਰੀ ਬਿਗ ਔਨ ਐਂਡ ਵਿਚ ਵੀ ਮਿਸ ਜੀ 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 ਅਸੀਂ ਜੀ 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 ਇਹ ਬਹੁਤ ਇੰਪੋਰਟੈਂਟ ਹੈ। ਅਸੀਂ ਇਸ ਬਾਰੇ ਤੁਹਾਡੇ ਨਾਲ ਹੋਰ ਗੱਲ ਕਰਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਦੇ ਬਾਅਦ। ਤੁਸੀਂ ਵੇਖਦੇ ਰਹੋ ਦ ਵੇ ਫਾਰਵਰਡ। ਦ ਵੇ ਫਾਰਵਰਡ ਇਜ਼ ਤੁਹਾਡਾ ਫਿਰ ਤੋਂ ਸਵਾਗਤ ਹੈ, ਮੈਂ ਤੁਹਾਡਾ ਹੋਸਟ ਹਰਜੋਤ ਸਿੰਘ। ਰਵਿੰਦਰ ਜੀ, ਬ੍ਰੇਕ 'ਤੇ ਜਾਣ ਤੋਂ ਪਹਿਲਾਂ ਤੁਸੀਂ ਦੱਸ ਰਹੇ ਸੀਗੇ ਕਿ ਇਹ ਹਲੀਮੀ ਰਾਜ ਦਾ ਜਿਹੜਾ ਕੋਨਸੈਪਟ ਹੈ ਇਸਦੇ 'ਚ ਗੁਰੂ ਅਰਜਨ ਸਾਹਿਬ ਦੀ ਵੀ ਕੀ ਉਹਨਾਂ ਦਾ ਕਹਿਣਾ ਇਹਦੇ ਬਾਰੇ ਸਾਨੂੰ ਦੱਸੋਗੇ ਪਲੀਜ਼? ਬੇਸਿਕਲੀ ਜਿਸ ਤਰ੍ਹਾਂ ਮੈਂ ਕਹਿ ਰਿਹਾ ਸਾਂ ਕਿ ਦ ਜਿਸਟ ਆਫ ਦੈਟ ਸ਼ਬਦ ਇਜ਼ ਕਿ ਉੱਥੇ ਜਿਹੜਾ ਹੈ ਕਿ ਐਕਸਪਲੋਇਟੇਸ਼ਨ ਨਾ ਹੋਵੇ ਬੰਦੇ ਦੀ ਬੰਦੇ ਦੇ ਉੱਤੇ, ਔਰ ਜਸਟਿਸ ਹੋਵੇ ਜੀ। ਗੁਰੂ ਨਾਨਕ ਇਜ਼ huge on justice. Unhone har jagah jithe unhone dekhya exploitation aur corruption, unhone awaz chuki hai, unhone aakhya itho tak ki rajeshi mukaddam kutte ji, rajyan nu shi aakhya matlab eh tigers aur mukaddam jehde ne unhade naal hindu muslim unhone nu kuttyan tak aakhya ji, theek hai, because of their exploit. So may I actually, you know, I want to bring your attention, one of the things that I am discovering as a Sikh who is getting engaged with the Guru Granth Sahib is that actually we are looking at the Guru Granth Sahib only as a religious scripture. Gee. I would argue with you that it is actually a political statement. It is a political charter, it's a political manifesto, if you will. ਅਸੀਂ ਉਸ ਨਜ਼ਰ ਤੋਂ ਦੇਖਦੇ ਨਹੀਂ ਆ ਉਸਨੂੰ ਜੀ, ਬਿਕਾਜ਼ ਅ ਲੋਟ ਇਨ ਦੇਅਰ ਦੈਟ ਵਿਲ ਟੈਲ ਯੂ ਵਾਟ ਪੋਲਿਟਿਕਸ ਇਜ਼ ਆਲ ਅਬਾਊਟ ਔਰ ਸ਼ੁਡ ਬੀ ਜੀ। ਉਹਦਾ ਜਿਹੜਾ ਬੇਸਿਸ ਹੈ ਨਾ ਉਹ ਹੈਗਾ ਜਸਟਿਸ, ਦੂਸਰਾ ਹੈਗਾ ਹਿਊਮਨ ਰਾਈਟਸ, ਜਸਟਿਸ ਨਾਲ ਰਲਿਆ ਹੋਇਆ ਜੀ ਜੀ। ਬਟ ਰਵਿੰਦਰ ਜੀ ਮੈਂ ਆਵਾਂਗਾ ਜੀ, ਮੈਂ ਇੱਕ ਚੀਜ਼ ਤੁਹਾਡੇ ਤੋਂ ਜੋ ਸਮਝਣਾ ਚਾਹਾਂਗਾ ਜੋ ਤੁਸੀਂ ਗੱਲ ਹੁਣੇ ਕਹੀ ਹੈ। ਹੁਣ ਜਿਵੇਂ ਅਬਰਾਹਮਿਕ ਜਿਹੜੇ ਰਿਲੀਜਨ ਹਨ, ਜਿਵੇਂ ਕ੍ਰਿਸਚੈਨਿਟੀ ਵਿੱਚ ਧਰਮ ਨੂੰ ਰੱਬ ਦੇ ਦਿੱਤੇ ਗਏ ਹੁਕਮ 10 ਕਮੈਂਡਮੈਂਟਸ ਦੇ ਅਕੋਰਡਿੰਗ ਮੰਨਿਆ ਗਿਆ ਹੈ, ਉਹ ਇੱਕ ਪੋਲੀਟੀਕਲ ਫਰੇਮਵਰਕ ਹੈਗਾ ਉਸ 'ਤੇ ਕੰਮ ਕਰਨ ਵਾਸਤੇ। ਜੋ ਸ਼ਰੀਆ ਦੇ ਲਾਜ਼ ਹਨ ਇਸਲਾਮ ਵਿੱਚ, ਉਹ ਅਗੇਨ ਇੱਕ ਪੋਲੀਟੀਕਲ ਫਰੇਮਵਰਕ ਹੈਗਾ ਇਹ ਕੰਮ ਕਰਨ ਵਾਸਤੇ ਸੋਸਾਇਟੀ ਨੂੰ। ਸੋ ਇਜ਼ ਦੈਟ ਵਾਟ ਯੂਅਰ ਸੇਇੰਗ ਕਿ ਇੱਦਾਂ ਦਾ ਫਰੇਮਵਰਕ ਹੈ, ਔਰ ਦੇਰ ਆਰ ਸਮ ਬੇਸਿਕ ਟਰੁੱਥਸ ਦੈਟ ਗੁਰੂ ਨਾਨਕ ਆਈਡੈਂਟੀਫਾਈਡ ਐਂਡ ਦੈਨ ਹੀ ਗਿਵਸ ਅਸ ਦ ਲਿਬਰਟੀ ਆਫ ਲਿਵਿੰਗ ਜੀ। ਮੈਂ ਤੁਹਾਨੂੰ ਸ਼ੁਰੂ 'ਚ ਆਖਿਆ ਸੀ ਕਿ ਐਜ਼ ਅ ਸਿੱਖ ਲਿਵਿੰਗ ਇਨ ਦ 21st ਸੈਂਚਰੀ ਜੀ, ਐਂਡ ਹੈਵਿੰਗ ਗੋਨ ਐਂਡ ਬੀਇੰਗ ਇਨ ਦ US, ਹੈਵਿੰਗ ਗੋਨ ਥਰੂ ਐਨ ਇਲੈਕਸ਼ਨ ਜੀ, ਰਾਈਟ, ਵੇਅਰ ਵੀ ਆਰ ਟਾਕਿੰਗ ਰਿਪਬਲਿਕਨ ਐਂਡ ਡੈਮੋਕ੍ਰੈਟ, ਮਾਈ ਪੁਆਇੰਟ ਇਜ਼ ਸਿੰਪਲੀ ਦਿਸ ਜੀ, ਦੈਟ ਵੀ ਐਜ਼ ਸਿੱਖਸ ਹੈਵ
a responsibility to actually lay out what the Sikhi political platform would look like. Jee. ਉਹਦੇ ਲਈ ਮਿਹਨਤ ਚਾਹੀਦੀ ਹੈ ਥੋੜੀ ਜੀ ਯੂ ਗਾਟ ਟੂ ਅੰਡਰਸਟੈਂਡ ਪਹਿਲਾਂ ਬਾਣੀ ਦੇ ਵਿੱਚ ਹੈ ਕੀ ਹੈ ਜੀ ਆਈ ਕਰੋਗੇ ਨਹੀਂ ਅਸੀਂ ਤੁਹਾਡੇ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਮੈਂ ਆਪ ਸਮਝਣ ਦੀ ਕੋਸ਼ਿਸ਼ ਕਰ ਰਿਹਾ ਬਟ ਮਾਈ ਪੁਆਇੰਟ ਇਜ਼ ਅਗੇਨ ਇਹ ਸੰਗਤੀ ਰੂਪ ਵਿੱਚ ਹੋਏਗਾ ਜੀ ਇਕੱਲੇ ਬੰਦੇ ਦਾ ਕੰਮ ਨਹੀਂ ਹੈ ਸੋ ਵੀ ਐਕਚੁਅਲੀ ਹੈਵ ਅ ਰਿਸਪੋਨਸਿਬਿਲਟੀ ਟੂ ਸੇ ਹੇ ਬਾਈ ਦ ਵੇ ਕਿਉਂਕਿ ਅਸੀਂ ਸਿੱਖ ਦੇਖਦੇ ਨਹੀਂ ਆ ਨਾ ਗੁਰੂ ਗ੍ਰੰਥ ਸਾਹਿਬ ਨੂੰ ਵੀ ਡੋਨਟ ਸੀ ਇਟ ਐਸ ਅ ਪੋਲੀਟੀਕਲ ਸਟੇਟਮੈਂਟ ਗੁਰੂ ਅਰਜਨ ਕਲੈਕਟਿੰਗ the works of the marginalized mm-hmm. you know Kabir Ravidas Sadhana Kasai jehde matlab eh society di mainstream to bahar gine jande ne ohna nu ke ohna ne ek platform te paata jinnu assi matha tekne aa ji you think he was doing he was making a political statement ji 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 paid a price ji 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 he was assassinated and he was killed pretty much ji ji for making that statement ji we need to grasp that ਜੀ 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 ਅਸੀਂ ਯੂਨੋ ਜਿੱਥੇ ਉਹੀ ਅਸੀਂ ਸ਼ੁਰੂ 'ਚ ਗੱਲ ਕਰ ਰਹੇ ਸੀਗੇ ਔਰ ਤੁਸੀਂ ਕਿਹਾ ਕਿ ਯੂਨੋ ਇੱਕ ਕੰਟੈਂਟ ਲਾਈਫ ਔਰ ਇੱਕ ਯੂਨੋ ਲਿਵਿੰਗ ਯੋਰ ਫੁੱਲ ਪੋਟੈਂਸ਼ੀਅਲ ਉਸਦੇ ਵਿੱਚ ਇਹ ਜਿਹੜੀਆਂ ਸਾਰੀਆਂ ਗੱਲਾਂ ਹੈਗੀਆਂ ਯੂਨੋ ਹਾਊ ਯੂ ਲਿਵ ਵਿਦ ਯੋਰ ਸੋਸਾਇਟੀ ਹਾਊ ਯੂ ਔਰਗਨਾਈਜ਼ ਯੋਰ ਸੋਸਾਇਟੀ ਇਹ ਬਹੁਤ ਇੰਪੋਰਟੈਂਟ ਹੈਗੀਆਂ ਇਨ ਆਈਸੋਲੇਸ਼ਨ 'ਚ ਤਾਂ ਸਾਨੂੰ ਰਹਿਣ ਦਾ ਹੁਕਮ ਵੀ ਨਹੀਂ ਔਰ ਨਾ ਹੀ ਕੋਈ ਬੰਦਾ ਰਹਿੰਦਾ ਔਰ ਜਦ ਤੁਸੀਂ ਦੂਸਰਿਆਂ ਨਾਲ ਰਹਿੰਦੇ ਹੋ ਅਗਰ ਯੂਨੋ ਪੀਸ ਆਫ ਮਾਇੰਡ ਨਹੀਂ ਹੈ ਤਾਂ ਬਾਕੀ ਆਈ ਡੋਂਟ ਥਿੰਕ ਦੇਰਜ਼ ਐਨੀਥਿੰਗ ਐਲਸ ਯੂ ਵਿਲ ਬੀ ਏਬਲ ਟੂ ਅਚੀਵ ਜਿੱਥੇ ਪੋਲੀਟੀਕਲ ਲਾਈਫ ਦੇ ਬਾਰੇ ਵਿੱਚ ਕੁਛ ਟੀਚਿੰਗਸ ਹੈਗੀਆਂ ਜਿਨ੍ਹਾਂ ਨੂੰ ਅਸੀਂ ਹੋਰ ਅੱਗੇ ਵਿਸਤਾਰ ਵਿੱਚ ਸਮਝਾਂਗੇ ਐਨਵਾਇਰਮੈਂਟ ਨੂੰ ਲੈ ਕੇ ਵੀ ਕਈ ਹੁਕਮ ਗੁਰੂ ਸਾਹਿਬ ਸਾਨੂੰ ਕਰ ਦੇਣ ਸਾਨੂੰ ਥੋੜ੍ਹਾ ਦੱਸੋਗੇ ਉਹਨਾਂ ਬਾਰੇ 'ਚ ji absolutely dekho one way to understand the gurus also is ki how did they live ji right? I mean ona ne apni jehdi teaching jo ona di samajh hai mat hai gurmat hai ohde hisab naal oh jiye vi ne na look at what guru nanak did he actually established a commune where he practiced agriculture it was like a commune ji so the message there is self sufficiency ji right? self sufficient hona economically then bani de vich thaan thaan te aanda ki ਜਿਹੜਾ ਬੰਦਾ ਆਪਣੇ ਆਪ ਨੂੰ ਪੀਰ ਸਦਾਉਂਦਾ ਹੈ ਪੀਰ ਸਦਾਏ ਤੇ ਮੰਗਣ ਜਾਏ ਤਾਂ ਕਿ ਮੂਲ ਨਾ ਲਾਗੋ ਪਾਏ ਇਹਦੇ ਤੇ ਭੁੱਲ ਕੇ ਵੀ ਕਦੀ ਪੈਰਾਂ ਨੂੰ ਹੱਥ ਨਾ ਲਾਓ ਜਿਹੜਾ ਆਪਣੇ ਆਪ ਨੂੰ ਪੀਰ ਸਦਾ ਕੇ ਤੇ ਤੁਹਾਡੇ ਕੋਲੋਂ ਪੈਸੇ ਮੰਗਦਾ ਹੋਵੇ ਸੋ ਸੈਲਫ ਸਫੀਸ਼ੀਐਂਸੀ ਗਰੀਡ ਜਿਹੜਾ ਇਹਨੂੰ ਇਹ ਮਾੜੀ ਚੀਜ਼ ਹੈ ਦੂਸਰੇ ਦਾ ਹੱਕ ਮਾਰਨਾ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ ਜੀ ਇਹ ਚੀਜ਼ਾਂ ਤਾਂ ਹੀ ਹੋ ਸਕਦੀਆਂ ਨੇ ਜੇ ਤੁਹਾਡੇ ਅੰਦਰ ਸੰਤੋਖ ਆਏਗਾ ਸਬਰ ਜੀ 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 ਔਰ ਉਸਦੇ ਜਦ ਤਰੀਕਿਆਂ ਦੀ ਆਪਾਂ ਗੱਲ ਕਰਦੇ ਹਾਂ ਆਈ ਥਿੰਕ ਇਕਨੋਮਿਕ ਵੈਲਬੀਂਗ ਨੂੰ ਕਾਫੀ ਤਵੱਜੂ ਦਿੱਤੀ ਗਈ ਹੈ ਜਦ ਅੰਮ੍ਰਿਤਸਰ ਯੂਨੋ ਸਿਟੀ ਪਿੱਕ ਕੀਤੀ ਜਾਂਦੀ ਹੈ ਦਰਬਾਰ ਸਾਹਿਬ ਉੱਥੇ ਇਸਟੈਬਲਿਸ਼ ਕੀਤਾ ਜਾਂਦਾ ਹੈ ਉਸ ਤੋਂ ਪਹਿਲੇ ਉਸਨੂੰ ਐਜ਼ ਅ ਸੈਂਟਰ ਫੋਰ ਟ੍ਰੇਡ ਇਸਟੈਬਲਿਸ਼ ਕੀਤਾ ਜਾਂਦਾ ਇਜ਼ ਦੈਟ ਰਾਈਟ ਬਿਲਕੁਲ ਦੇਖੋ ਗੁਰੂ ਸਾਹਿਬਾਂ ਨੇ they were nation builders by the way okay Jee. guru nanak urged guru angad to leave to leave kartarpur partly because of the tonu pata hai tusi lawyer ho jehda eldest son da hunda hai law of ki kehnde ne onu you know it property goes down to the eldest inheritance ji peer naal shuru hunda I can't remember the word but anyway but the point is ਉਹਨਾਂ ਨੇ ਗੁਰੂ ਅਰਜਨ ਨੂੰ ਕਿਹਾ ਆਈ ਮੀਨ ਅੰਗਦ ਨੂੰ ਕਿਹਾ ਤੂੰ ਖਡੂਰ ਸਾਹਿਬ ਜਾ ਤੇ ਉੱਥੇ ਜਾ ਕੇ ਉੱਥੋਂ ਕਰ ਇਹ ਸਭ ਉਹਨਾਂ ਨੇ ਉਹ ਵਸਾਇਆ ਅਮਰਦਾਸ ਨੂੰ ਅੰਗਦ ਨੇ ਕਿਹਾ ਤੂੰ ਗੋਇੰਦਵਾਲ ਨੂੰ ਵਸਾ ਅਮਰਦਾਸ ਨੇ ਰਾਮਦਾਸ ਨੂੰ ਕਿਹਾ ਤੂੰ ਰਾਮਦਾਸਪੁਰੀ ਜਾ ਕੇ ਵਸਾ ਜਿਹੜੀ ਅੰਮ੍ਰਿਤਸਰ ਬਣ ਗਈ ਫਿਰ ਕਰਤਾਰਪੁਰ ਉੱਥੇ ਉਹਨਾਂ ਨੇ ਕੀ ਕੀਤਾ ਦੇ ਇਨਵਾਈਟਡ ਆਰਟੀਜ਼ਨਸ ਕਰਾਫਟਸ ਪੀਪਲ ਬਿਜ਼ਨਸ ਪੀਪਲ ਉਹਨਾਂ ਨੇ ਸ਼ਹਿਰ ਵਸਾਏ ਨੇ ਪੰਜਾਬ ਸਾਰਾ ਪੰਜਾਬ ਉਹਨਾਂ ਦਾ ਵਸਾਇਆ ਹੋਇਆ ਹੈ ਜੀ ਜੀ ਸੋ ਯੂ ਇਮੇਜਿਨ ਕਿ ਵੀ ਉਹ ਕਿੰਨੇ ਇਨਵੋਲਵਡ ਹੋਣਗੇ ਦੁਨੀਆ ਦੇ ਵਿੱਚ ਉਹ ਕਿਧਰੇ ਬੈਠੇ ਹੱਥ 'ਚ ਮਾਲਾ ਅਸੀਂ ਤੇ ਯੂ ਨੋ ਗੁਰੂ ਨਾਨਕ ਨੂੰ ਟੰਗ ਦਿੱਤਾ ਹੈ ਕਿੱਲੀ ਤੇ ਹੱਥ 'ਚ ਮਾਲਾ ਫੜਾ ਦਿੱਤੀਆਂ ਨੇ ਅੱਖਾਂ ਉਹਦੀਆਂ ਅਸੀਂ ਯੂ ਨੋ ਮੁੰਦੀਆਂ ਹੀ ਅੱਖਾਂ ਨੇ ਦੈਟਸ ਰੀਅਲੀ ਨਾਟ ਦੀ ਇਮੇਜ ਆਈ ਐਮ ਗੈਟਿੰਗ ਆਫ ਗੁਰੂ ਨਾਨਕ ਆਊਟ ਆਫ ਗੁਰਬਾਣੀ ਹੀ ਇਜ਼ ਵੈਰੀ ਫਾਇਰੀ
ਹੀ ਇਜ਼ ਫੁੱਲ ਆਫ ਫਾਇਰ ਜੀ 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 ਰਵਿੰਦਰ ਜੀ ਇਹ ਇੰਪੋਰਟੈਂਟ ਇਹ ਬਹੁਤ ਇੰਪੋਰਟੈਂਟ ਗੱਲ ਹੈ ਐਂਡ ਇਟ ਕੈਨਟ ਬੀ ਐਮਫਸਾਈਜ਼ਡ ਇਨਫ ਕਿ ਇਹ ਉਹ ਫਕੀਰ ਨਹੀਂ ਸੀਗੇ ਜੋ ਮਾਲਾ ਲਾ ਕੇ ਜਾ ਕੇ ਕਿਧਰੇ ਬਹਿ ਗਏ ਯੂ ਨੋ ਐਨੀ ਸੈਂਟਰ ਦੇ ਐਸਟੈਬਲਿਸ਼ ਰਿਲੀਜੀਅਸ ਸੈਂਟਰ ਦ ਫਸਟ ਥਿੰਗ ਦੇ ਐਸਟੈਬਲਿਸ਼ ਇਟ ਵਾਜ਼ ਐਜ਼ ਅ ਟ੍ਰੇਡ ਸੈਂਟਰ ਐਜ਼ ਅ ਯੂ ਨੋ ਪਲੇਸ ਵੇਅਰ ਕਾਮਰਸ ਅਲਾਈਵ ਆਈ ਐਮ ਸੌਰੀ ਯੂ ਹੈਵ ਟੂ ਰਿਮੈਂਬਰ ਦੈਟ ਦੇ ਵਰਨਟ ਇੰਟਰਸਟਿਡ ਇਨ ਰਿਲੀਜੀਅਸ ਸੈਂਟਰਸ in the way that we understand them, jis tarah math bande san, that is not what Guru Nanak was about. He was interested in creating a new society. And the reason he succeeded, he created 30 million of us, right? So no other Bhagat has done that. Utho kuch nahi nikla, kyunki Guru Nanak was able to transvalue the entire, he was mapped it out. Purane ideas no unhone nava meaning ditta. It is because he could map them out that he was able to create a society, and because they made political statements. Guru Tegh Bahadur, Guru Arjan, Guru Gobind Singh, right? They paid for it. So these were all political things they were doing. Aur unhone, I think this is the most profound takeaway from today's discussion. ਕਿ ਉਹਨਾਂ ਨੇ ਸ਼ਹਿਰ ਵਸਾਏ, ਸੁਸਾਇਟੀ ਵਸਾਈ, ਔਰ ਉਸਦੇ ਵਿੱਚ ਤੁਸੀਂ ਕਿਵੇਂ ਜੀਣਾ, ਇਸ ਚੀਜ਼ ਦੀ ਉਹਨਾਂ ਨੇ ਸਾਨੂੰ ਜਾਂਚ ਸਿਖਾਈ. I think this and is the... got on the wrong side of the rulers also. Eh bhi gal yaad rakho, which means they were into politics. They backed the wrong horse and paid a price. Ravinder ji, eh sade aste bada enlightening si. You know, this we've learned something new. Ek, you know, asin eh gallan karde haan, thoda perspective milda hai. ਨਵੇਂ ਕੋਂਟੈਕਸਟ ਸਾਡੇ ਸਾਹਮਣੇ ਖੁੱਲ੍ਹਦੇ ਹਨ. ਅਸੀਂ ਉਮੀਦ ਕਰਾਂਗੇ ਕਿ ਤੁਸੀਂ ਇੱਦਾਂ ਹੀ ਇੱਥੇ ਆਉਂਦੇ ਰਹੋ, ਸਾਨੂੰ ਸਾਡੇ ਵਿਊਅਰਸ ਨੂੰ ਇਹ ਨਵੇਂ ਪਰਸਪੈਕਟਿਵ ਦਿੰਦੇ ਰਹੋ. ਜਾਂਦੇ ਜਾਂਦੇ ਇਜ਼ ਦੇਅਰ ਐਨੀਥਿੰਗ ਯੂ ਵੁੱਡ ਲਾਈਕ ਟੂ ਐਡ? ਆਈ ਵੁੱਡ ਸੇ ਟੂ ਦ ਵਿਊਅਰਸ ਜੀ ਕਿ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਐਜ਼ ਇੰਡੀਵਿਜੂਅਲਸ ਗੁਰਬਾਣੀ ਦੇ ਨਾਲ ਜੁੜਨਾ ਸ਼ੁਰੂ ਕਰੋ. ਇਨ ਅਦਰ ਵਰਡਸ, ਵਿਚਾਰ ਕਰਨਾ ਸ਼ੁਰੂ ਕਰੋ. ਅਗਰ ਤੁਸੀਂ ਇਮਾਨਦਾਰੀ ਨਾਲ ਕਰੋਗੇ, ਮੈਂ ਤੁਹਾਨੂੰ ਆਈ ਐਮ ਵਿਟਨੈਸ ਕਿ ਉਹ ਤੁਹਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਗਾ. ਉਹਦਾ ਮੈਂ ਗਵਾਹ ਹਾਂ ਜੀ. ਆਈ ਰੇਜ਼ ਮਾਈ ਹੈਂਡ. ਤੁਸੀਂ ਕਰੋ ਸਹੀ ਜੀ, ਇਮਾਨਦਾਰੀ ਨਾਲ ਜੀ. ਜੀ ਰਵਿੰਦਰ ਜੀ, ਅੱਜ ਸਾਡੇ ਨਾਲ ਗੱਲ ਕਰਨ ਦਾ ਬਹੁਤ ਬਹੁਤ ਸ਼ੁਕਰੀਆ. ਥੈਂਕ ਯੂ ਜੀ. ਇਹ ਸੀ ਸਾਡਾ ਅੱਜ ਦਾ ਸ਼ੋਅ. ਤੁਸੀਂ ਵੇਖਦੇ ਰਹੋ ਦ ਵੇ ਫਾਰਵਰਡ.